ਸਮਾਨ ਕੀਤੇ ਬਿਨਾ ਸਰੀਰ ਨਹੀਂ ਬਣ ਸਕਦਾ ਕਿਉਂਕਿ ਫਿਰ ਮਿਹਨਤ ਵੀ ਤਾਂ ਹੀ ਕਰੀਏ ਨਾ ਜੇ ਕਈ ਬੰਦੇ ਕਹਿੰਦੇ ਨੇ ਬਾਈ ਸਮਾਨ ਲਾ ਕੇ ਘੱਟ ਮਿਹਨਤ ਕਰਕੇ ਬਣਾ ਲਓ ਜੀ ਜਾਂ ਫੇਰ ਕਈ ਸੋਚਦੇ ਨੇ ਕਿ ਜਿੰਨੀ ਮਰਜ਼ੀ ਮਿਹਨਤ ਕਰ ਲਓ ਸਰੀਰ ਤਾਂ ਬਣ ਨਹੀਂ ਨਹੀਂ ਟਾਈਮ ਖਰਾਬ ਨਾ ਕਰੋ ਦੇਖੋ ਪਹਿਲਾਂ ਤਾਂ ਨਾ ਗੱਲਾਂ ਸੁਣਨ ਨਾਲੋਂ ਤੇ ਗੱਲਾਂ ਕਰਨ ਨਾਲੋਂ ਪਹਿਲਾਂ 5 ਸਾਲ ਜਾਨ ਕੱਢੂ ਮਿਹਨਤ ਕਰੋ ਜਿਹੜਾ ਆਪਣਾ ਬ੍ਰੇਨ ਆ ਨਾ ਇਹ ਇੱਕ ਤਰ੍ਹਾਂ ਦਾ ਪ੍ਰੋਜੈਕਟ ਆ ਜਿਵੇਂ ਫਿਲਮ ਦੀ ਸਕਰੀਨ ਨਹੀਂ ਚੱਲਦੀ ਹੁੰਦੀ ਉਹ ਪਿੱਛੋਂ ਲਾਈਟ ਮਾਰਦਾ ਸਕਰੀਨ ਤਾਂ ਖਾਲੀ ਆ ਲਾਈਟ ਮਾਰਨੀ ਆ ਪ੍ਰੋਜੈਕਟਰ ਨੇ ਜਿੱਦਾਂ ਦਾ ਪ੍ਰੋਜੈਕਟਰ ਦੇ ਵਿੱਚ ਚੀਜ਼ ਹੁੰਦੀ ਆ ਉਹੀ ਸਕਰੀਨ ਤੇ ਚੱਲ ਪੈਂਦੀ ਆ ਉੱਥੇ ਲੜਾਈ ਚਲਾ ਦਿਓ ਲੜਾਈ ਚੱਲਪੂ ਉੱਥੇ ਬੰਦੇ ਸਿੰਪਲ ਬੈਠੇ ਨੇ ਉਹ ਚਲਾ ਦਿਓ ਸਕਰੀਨ ਤੇ ਉਹ ਚੱਲਣ ਆਜੂਗੀ ਐਦਾਂ ਹੀ ਹਰ ਇੱਕ ਬੰਦੇ ਜਿਹੜਾ ਦਿਮਾਗ ਆ ਨਾ ਪ੍ਰੋਜੈਕਟਰ ਆ ਉਹ ਜਦੋਂ ਕਿਸੇ ਬੰਦੇ ਨੂੰ ਦੇਖਦਾ ਤੇ ਉਹਦੀ ਬਾਡੀ ਦੇਖਦਾ ਬਸ ਉਹ ਆਪ ਦਾ ਜੋ ਦਿਮਾਗ ਚੋਂਦਾ ਉਹੀ ਉਹਦੇ ਉੱਤੇ ਮਾਰਨ ਦਾ ਕੀ ਇਹਨੇ ਪਾਊਡਰ ਖਾਦਾ ਇਹਨੇ ਡੱਬੇ ਖਾਦੇ ਨੇ ਇਹਨੇ ਸਰੀਰ ਬਣਾ ਲਿਆ ਇਹਦਾ ਸਮਾਨ ਕੀਤਾ ਇਦਾਂ ਦੇ ਬੰਦੇ ਦਾ ਤੁਸੀਂ ਇੱਕ ਚੀਜ਼ ਸੋਚ ਲਓ ਕਿ ਜਿਹੜੇ ਬੰਦੇ ਦੇ ਦਿਮਾਗ 'ਚ ਇੰਨੀ ਜ਼ਿਆਦਾ ਬ੍ਰੇਨ ਵਾਸ਼ ਹੋਇਆ ਹੋਇਆ ਕਿ ਜਿਹੜਾ ਕਦੇ ਇੰਨਾ ਕ ਵੀ ਨਹੀਂ ਸੋਚ ਸਕਦਾ ਕਿ ਯਾਰ ਸਰੀਰ ਬਿਨਾ ਸਮਾਨ ਤੋਂ ਬਣ ਜੂ ਤਾਂ ਉਹ ਬੰਦੇ ਦਾ ਸਰੀਰ ਕਿਵੇਂ ਬਣ ਜੂਗਾ ਜਿਹਦੇ ਦਿਮਾਗ ਦੇ ਵਿੱਚ ਇਹੀ ਚੀਜ਼ ਭਰੀ ਹੋਈ ਆ ਉਹਦਾ ਤਾਂ ਦਿਮਾਗ ਪਹਿਲੀ ਬੰਦ ਹੋਇਆ ਪਿਆ ਉਹਦਾ ਪਹਿਲੀ ਡਰਿਆ ਪਿਆ ਵੀ ਯਾਰ ਬਣਦੇ ਨਹੀਂ ਸਰੀਰ ਉਹ ਆਪ ਕਿੱਥੇ ਮਿਹਨਤ ਕਰ ਲੂਗਾ ਹੁਣ ਐਗਜ਼ਾਮਪਲ ਦੇਖੋ ਵਿਆਹ ਦੇ ਦੋ ਬੰਦੇ ਬੈਠੇ ਇੱਕ ਕਹਿੰਦਾ ਭਾਈ ਮੇਰੀ ਮਾਂ ਇਹ ਤਾਂ 25 ਕਿਲੋ ਦੁੱਧ ਦਿੰਦੀ ਆ 20 ਤੋਂ 25 ਦੂਜਾ ਮੰਨੇ ਨਾ ਕਹਿੰਦਾ ਮੇਰੀ ਦਾ 5 ਦਿੰਦੀ ਕਹ ਹੋ ਇਹ ਨਹੀਂ ਦਾ ਗਣਾ ਇਦਾਂ ਤਾਂ ਪਰ ਜਦੋਂ 3-4 ਵਜੇ ਵਿਆਹ ਤੇ ਜਿਹੜਾ 25 ਗੱਲੋ ਵਾਲਾ ਸੀ ਉਹ ਪਾ ਕੇ ਸ਼ਗਨ 3 ਵਜੇ ਨੂੰ ਚਲਾ ਗਿਆ ਵੀ ਮਾ ਪਾਈ ਆਪਣਾ ਡੰਗਰ ਪਸ਼ੂ ਸਾਂਭਣਾ ਜਿਹੜਾ ਕਹਿੰਦਾ ਮੇਰੀਆਂ 4-5 ਕੇ ਦੰਦੀਆਂ ਨੇ ਉੱਥੇ ਹੀ ਬੈਠਾ ਉਹ ਕਿਤੇ ਬਾਅਦ ਦੇ ਵਿੱਚ ਪਹੁੰਚਿਆ ਰਾਤ ਰੂਤ ਨੂੰ ਉਹ ਡੰਗਰ ਉਹਦੇ ਉਦਾਂ ਹੀ ਧਾਰਾਂ ਚੋਂਣ ਤੋਂ ਖੜੇ ਭੁੱਖੇ ਤੇ ਆਹੇ ਖੜੇ ਇਹਦਾ ਮਤਲਬ ਜਿਹੜਾ 25 ਕਿਲੋ ਕਹਿੰਦਾ ਸੀ ਸੱਚ ਕਹਿੰਦਾ ਸੀ ਉਹ 25 ਕਿਲੋ ਵਾਲੇ ਕੰਮ ਕਰਦਾ ਸੀ ਉਹ 20 ਵਾਲੇ ਅਗਲਾ ਧੂਣੀਆਂ ਲਾਉਂਦਾ ਅਗਲਾ ਦੋ ਟਾਈਮ ਨਿੜਾਉਂਦਾ ਅਗਲਾ ਖਰਾਕਾਂ ਪਾਉਂਦਾ ਤੋਰਦਾ ਫੇਰਦਾ ਜੇ ਸਾਂਦੀ ਰੱਖਿਆ ਫਿਰ ਵੀ ਅਗਲਾ ਪੂਰਾ ਆਪ ਧਿਆਨ ਦਿੰਦਾ ਨੈਰਾ ਪੂਰਾ ਕਹੀ ਤੇ ਨਹੀਂ ਛੱਡਦਾ ਐਦਾਂ ਹੀ ਨਾ ਜਿਹੜੇ ਸਰੀਰ ਸੰਭਦੇ ਨੇ ਜਿੰਮੇ ਮੈਂ ਕਿਹਾ ਸੀ ਉਹਦਾ ਤਿੰਨ ਵਾਰ ਦਿਨੋ ਜਿੰਮ ਹੁੰਦੇ ਨੇ ਬਿਆਹ ਤੇ ਵੀ ਕੁਛ ਨਹੀਂ ਖਾਂਦੇ ਇੱਥੇ ਵੀ ਬਾਹਰ ਮੁੰਡਿਆਂ ਨੂੰ ਜਿਨ੍ਹਾਂ ਨੂੰ ਜਿੰਮ ਦਾ ਸ਼ੌਂਕ ਆ ਕੰਮ ਤੋਂ ਛੱਡਣ ਸਾਰ ਜਿੰਮ ਨੂੰ ਭੱਜ ਦਿੰਦੇ ਨੇ ਉਹ ਤੇ ਉਹਨਾਂ ਦਾ ਸਰੀਰ ਵੀ ਪੂਰੇ ਕੈਮ ਬਣੇ ਹੋਏ ਨੇ ਮੈਨੂੰ ਨਾ ਜਿੰਮ ਚ ਇੱਕ ਦਿਨ ਮੁੰਡਾ ਮਿਲਿਆ ਉਦੋਂ ਹੀ ਗੱਲਾਂ ਕਰਨ ਲੱਗਿਆ ਕਹਿੰਗਾ ਨਾ ਬਾਈ ਵੀਡੀਓ ਥੋੜੀਆਂ ਆ ਜਾਂਦੇ ਨੇ ਮੂਰੇ ਦੇਖਦੇ ਆ ਸਰੀਰ ਉਹਦਾ ਬਹੁਤ ਸੋਹਣਾ ਤੇ ਪੁੱਛਣ ਲੱਗਿਆ ਕਹਿੰਗਾ ਨਾ ਬਾਈ ਮੈਂ ਹ ਕਹਿੰਦਾ ਕੋਕੇ ਮੇਰਾ ਕੋਚ ਕਹਿੰਦਾ ਅਭੀ ਜਿੰਨਾ ਤਰ੍ਹਾਂ ਨੈਚੁਰਲ ਸਰੀਰ ਬਣਦਾ ਸੀ ਬਣ ਗਿਆ ਵੀ ਹੁਣ ਉਹ ਬੋਡੀ ਬਿਲਡਿੰਗ ਕਰਦਾ ਸੀ ਵੀ ਹੁਣ ਤੈਨੂੰ ਕੁਛ ਐਦਾਂ ਦੀਆਂ ਚੀਜ਼ਾਂ ਲੈਣੀਆਂ ਪੈਣੀਆਂ ਨੇ ਮੈਂ ਕਿਹਾ ਠੀਕ ਆ ਬਾਈ ਜੇ ਤੇਰਾ ਸ਼ੌਂਕ ਆ ਤੂੰ ਉਹ ਚੀਜ਼ ਕਰ ਲੈ ਪਰ ਉਹਨੇ ਮੈਨੂੰ ਇੱਕ ਗੱਲ ਕਹੀ ਉਹ ਕਹਿੰਦਾ ਵੀਰੇ ਲੋਕ ਕਹੀ ਜਾਂਦੇ ਨੇ ਨੈਚੁਰਲ ਸਰੀਰ ਨਹੀਂ ਬਣਦਾ ਉਹਨੇ ਮੈਨੂੰ ਫੋਟੋ ਦਿਖਾਈ ਕਹਿੰਦਾ ਇੱਥੇ ਤੱਕ ਵੀਰੇ ਮੇਰਾ ਸਰੀਰ ਨੈਚੁਰਲ ਸੀ ਮੈਂ ਦੇਖ ਕੇ ਹੈਰਾਨ ਰਹਿ ਗਿਆ ਉਹ ਕਹਿੰਦਾ ਬਹੁਤ ਸੋਹਣਾ ਸਰੀਰ ਬਣਿਆ ਤੇ ਨੈਚੁਰਲ ਵੀ ਉਹ ਕਹਿੰਦਾ ਹੁਣ ਗੱਲ ਹੋਰ ਆ ਵੀ ਠੀਕ ਆ ਮੈਨੂੰ ਉਹ ਚੀਜ਼ ਕਰਨੀ ਪਊਗੀ ਕਿ ਉਹ ਜੇ ਕਿਸੇ ਦਾ ਗੋਲ ਆ ਉਹ ਕਰ ਸਕਦਾ ਪਰ ਜਿਹੜੇ ਬੰਦੇ ਤੁਹਾਨੂੰ ਆਹੀ ਚੀਜ਼ ਕਹਿੰਦੇ ਨੇ ਕਿ ਸਰੀਰ ਤਾਂ ਬਣੇ ਨਹੀਂ ਸਕਦਾ ਉਹ ਆਪਦਾ ਤਾਂ ਉਹਨਾਂ ਦਾ ਦਿਮਾਗ ਬੰਦੇ ਹੁੰਦਾ ਥੋੜਾ ਵੀ ਕਰ ਦਿੰਦੇ ਨੇ ਕਿਉਂਕਿ ਤੁਸੀਂ ਜਿਵੇਂ ਮੈਂ ਕਿਹਾ ਵੀ ਤੁਸੀਂ ਮਿਹਨਤ ਤਾਂ ਕਰਕੇ ਦੇਖੀ ਨਹੀਂ ਤੁਸੀਂ 5-10 ਸਾਲ ਸਰੀਰ ਤੋੜਿਆ ਹੋਵੇ ਖਰਾਕ ਬੰਨੀ ਹੋਵੇ ਟਾਈਮ ਤੇ ਸੌਣਾ ਟਾਈਮ ਤੇ ਸਵੇਰੇ ਜਾਗਣਾ ਟਾਈਮ ਤੇ ਖਾਣਾ ਪੀਣਾ ਵਧੀਆ ਖਾਣਾ ਕੋਈ ਮਾੜੀ ਢਾੜੀ ਚੀਜ਼ ਦੇਖ ਕੇ ਜੀਭ ਨਹੀਂ ਲਲਚਾਉਣੀ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਫਿਰ 5-10 ਸਾਲ ਲਾ ਕੇ ਤੁਸੀਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਨੇਚਰਲ ਬਣ ਸਕਦਾ ਕਿ ਨਹੀਂ ਕਿਉਂਕਿ ਜਦੋਂ ਮਿਹਨਤ ਨਹੀਂ ਕਰਨੀ ਜਦੋਂ ਕੁਝ ਕਰਕੇ ਨਹੀਂ ਦੇਖਿਆ ਫਿਰ ਉਹ ਝੂਠੇ ਲੱਗਦੇ ਨੇ ਸਾਰੀਆਂ ਗੱਲਾਂ ਜਿਵੇਂ ਪਿੰਕੇ ਜਰਗ ਦਾ ਸਰੀਰ ਨੇਚਰਲ ਆ ਉਹਨੇ ਕਿੰਨੀ ਵਾਰ ਹਰ ਇੱਕ ਚੀਜ਼ ਤੇ ਕਿਹਾ ਕਿ ਜਦੋਂ ਮੇਰਾ ਮਰਜੀ ਟੈਸਟ ਕਰਾ ਲਓ ਹਲੇ ਵੀ ਬਹੁਤ ਬੰਦੇ ਉਹ ਪ੍ਰੋਜੈਕਟਰ ਵਾਲੇ ਉਹਨੂੰ ਵੀ ਕਹਿ ਦਿੰਦੇ ਨੇ ਤਾਂ ਕਰਕੇ ਜਿਹੜਾ ਦਿਮਾਗ ਆਪਣਾ ਇਹਨੂੰ ਖੋਲੋ ਕਿਉਂਕਿ ਜੇ ਤੁਸੀਂ ਕਹਤਾ ਨਾ ਵੀ ਯਾਰ ਆਹ ਚੀਜ਼ ਤਾਂ ਹੋਣੀ ਹੀ ਨਹੀਂ ਇਹ ਚੀਜ਼ ਤੋਂ ਬਿਨਾ ਤਾਂ ਉਹ ਸ਼ਟਡਾਊਨ ਹੋ ਜਾਣੀ ਆ ਚੀਜ਼ ਤੁਹਾਡੀ ਬਾਡੀ ਬਿਲਡਿੰਗ ਛੱਡੋ ਬਾਡੀ ਬਿਲਡਿੰਗ ਤਾਂ ਚਲੋ ਬਹੁਤ ਘੱਟ ਬੰਦਿਆਂ ਦਾ ਗੋਲ ਹੁੰਦਾ ਤੁਹਾਡਾ ਜਿਹੜਾ 13 14 ਇੰਚ ਦਾ ਡੌਲਾ ਬਣਨ ਦਾ ਨਾ ਉਹ ਵੀ ਨਹੀਂ ਬਣਦੇ ਨਾਲ ਲੋਕਾਂ ਨੇ ਜਿਹੜਾ ਪ੍ਰੋਜੈਕਟਰ ਆ ਨਾ ਬੰਦ ਕਰਕੇ ਸਕਰੀਨ ਤੇ ਸਿੱਧੀ ਦੇਖੋ ਕੀ ਸਕਰੀਨ ਤੇ ਕੀ ਚੱਲ ਰਿਹਾ ਫੇਰ ਅਸਲੀ ਸਕਰੀਨ ਦਿਖੂਗੀ ਜੇ ਆਪਦੀਆਂ ਲਸ਼ਕੋਰਾ ਮਰੀ ਜਾਣੀਆਂ ਨੇ ਉਹਦੇ ਤੇ ਸਕਰੀਨ ਕੋਈ ਹੋਰ ਹੁੰਦੀ ਆ ਆਪਦਾ ਜੋ ਆਪਣੇ ਅੰਦਰ ਚੱਲਣਾ ਉਹ ਹੀ ਸਾਹਮਣੇ ਵਾਲੀ ਸਕਰੀਨ ਤੇ ਮਾਰ ਕੇ ਉਹ ਜੀ ਚਲਾ ਦੇਣੀ ਆ ਕਿੰਨੇ ਹੀ ਬਾਈ ਆ ਤਾਂ ਆਏ ਆ ਚੀਜ਼ ਕੋਈ ਮਾੜੀ ਨਹੀਂ ਬੋਡੀ ਬਿਲਡਿੰਗ ਦੇ ਵਿੱਚ ਉਹ ਚੀਜ਼ ਹੁੰਦੀ ਆ ਆਪਾਂ ਰਿਸਪੈਕਟ ਕਰਦੇ ਆ ਬੋਡੀ ਬਿਲਡਰ ਦੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਉਹ ਚੀਜ਼ਾਂ ਨਾਲ ਵੀ ਪਰ ਜਿਹੜੇ ਆਪਣੇ ਵਰਗੇ ਆਮ ਵੀਰ ਨੇ ਜਿਹੜੇ ਨੈਚੁਰਲ ਨੇ ਉਹ ਵੀ ਇਹ ਇਦਾਂ ਦੀ ਚੀਜ਼ਾਂ ਤੋਂ ਡੀਮੋਟੀਵੇਟ ਹੋ ਜਾਂਦੇ ਨੇ ਜਿਨ੍ਹਾਂ ਨੇ ਬਸ ਆਪਣਾ ਵਧੀਆ ਦੇਖਣ ਨੂੰ ਸਰੀਰ ਬਣਾਉਣਾ ਹੁੰਦਾ ਬੱਸ ਤੋ ਬਹੁਤ ਕਹਿੰਦੇ ਯਾਰ 15 ਇੰਚ ਦਾ ਡੋਲਾ ਹੋਵੇ 14 ਦਾ ਹੋਵੇ 16 ਦਾ ਹੋਵੇ ਚੈਸਟ ਵਧੀਆ ਹੋਵੇ ਬਸ ਪੇਟ ਘਟ ਜਵੇ ਇੰਨੇ ਕੇ ਪਿੱਛੇ ਸਮਾਨ ਕਰਨ ਦੀ ਲੋੜ ਨਹੀਂ ਬਹੁਤ ਸੋਹਣਾ ਸਰੀਰ ਬਣ ਜਾਂਦਾ ਖਰਾਕ ਖਾਓ ਮਿਹਨਤ ਕਰੋ ਪਤਾ ਲੱਗੂਗਾ 3 ਵਜੇ ਨੂੰ ਮੜੋ ਜਿੰਮ ਚ ਨੂੰ ਸਵੇਰੇ ਉੱਠੋ ਤੇ 3 ਵਜੇ ਤੋਂ ਨੂੰ ਜਿੰਮ ਪਹੁੰਚੋ 4 ਨੂੰ ਜਾ ਜੋ ਵੀ ਜੋ ਜਿੱਥੇ ਵੀ ਥੋੜਾ ਟਾਈਮ ਲੱਗਦਾ ਕਈ ਬੰਦੇ ਇੱਥੇ 12 12 14 14 ਘੰਟੇ ਦੀਆਂ ਸ਼ਿਫਟਾਂ ਕਰਦੇ ਨੇ ਬਾਹਰਲੇ ਮੁਲਕਾਂ 'ਚ ਫਿਰ ਵੀ ਜਿੰਮ ਜਾਂਦੇ ਨੇ ਠੀਕ ਆ ਸੋ ਇਹੀ ਸੀਗੀ ਮੈਂ ਤੁਹਾਨੂੰ ਨਾ ਇੱਕ ਥੋੜਾ ਜਿਹਾ ਅੰਦਰੋਂ ਪੁਸ਼ ਕਰਨਾ ਸੀਗਾ ਕਿ ਤੁਸੀਂ ਉਹ ਚੀਜ਼ ਤੇ ਜਗੀ ਨਾ ਕਰੋ ਜਿਹੜੀ ਤੁਸੀਂ ਆਪ ਨਹੀਂ ਕਰਕੇ ਦੇਖੀ ਤੇ ਤੁਸੀਂ 20 25 ਕਿਲੋ ਦੁੱਧ ਲੈਣਾ ਨਾ ਤਾਂ ਹੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਇਹ ਚੀਜ਼ ਸਮਝਾਈ ਸੀ ਠੀਕ ਆ ਸੋ ਹੁਣ ਆਪਾਂ ਮਿਲਦੇ ਆ ਨੈਕਸਟ ਵੰਚ ਥਿਸ ਇਜ਼ ਹੈਰੀ ਮਨੀਰ ਵਾਇਗਰੂ ਮੀਰ ਕਰੇ ਲਵ ਯੂ